ਹੈਲੋ ਫਰੈਂਡਸ ਹਾਈ ਫਾਈ ਜੀਕੇ ਗੁਰੂ ਜੀ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੀਆਂ ਇਹਨਾਂ ਵੀਡੀਓਜ਼ ਰਾਹੀਂ ਮੈਂ ਤੁਹਾਡੇ ਲਈ ਪੀਸੀਐਸ ਦੀ ਤਿਆਰੀ ਕਰਵਾਉਣ ਦੇ ਲਈ ਜਿਹੜੀ ਹੈਗੀ ਆ ਨਵੀਂ ਸੀਰੀਜ਼ ਸ਼ੁਰੂ ਕਰ ਰਹੀ ਆ ਜਿਹਦੇ ਵਿੱਚ ਮੈਂ ਤੁਹਾਨੂੰ ਹਿਸਟਰੀ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਪਰਸਨ ਨੇ ਚਾਹੇ ਉਹ ਐਂਸ਼ੀਅੰਟ ਹਿਸਟਰੀ ਨਾਲ ਰਿਲੇਟਡ ਆ ਮੈਡੀਵਲ ਨਾਲ ਜਾਂ ਮਾਡਰਨ ਨਾਲ ਉਹਨਾਂ ਬਾਰੇ ਡਿਟੇਲ ਵਿੱਚ ਪੜ੍ਹਾਵਾਂਗੀ ਤਾਂ ਕਿ ਉਹਨਾਂ ਨਾਲ ਰਿਲੇਟਡ ਤੁਹਾਡਾ ਇੱਕ ਵੀ ਕੁਐਸਚਨ ਆ ਜਿਹੜਾ ਕਵਰ ਹੋਣ ਤੋਂ ਰਹਿ ਨਾ ਸਕੇ ਜੇ ਤੁਸੀਂ ਇਹਨਾਂ ਨੂੰ ਸਟੋਰੀ ਟਾਈਪ ਪੜਿਆ ਹੋਊਗਾ ਤਾਂ ਜਿਹੜੀਆਂ ਕੁਐਸਚਨ ਸੀਰੀਜ਼ ਹੋਣੀਆਂ ਤੁਹਾਨੂੰ ਉਹ ਵੀ ਯਾਦ ਕਰਨੀਆਂ ਈਜ਼ੀ ਹੋ ਜਾਣਗੀਆਂ ਕੱਲ ਆਪਾਂ ਇਹਦੇ ਅੰਡਰ ਹੀ ਜਿਹੜਾ ਸੀਗਾ ਮੀਡੀਵਲ ਹਿਸਟਰੀ ਦਾ ਫਰਸਟ ਜਿਹੜਾ ਪਰਸਨ ਸੀਗਾ ਮੁਹੰਮਦ ਬਿਨ ਕਾਸਿਮ ਜਿਹੜਾ ਪਹਿਲਾ ਹਮਲਾਵਰ ਸੀਗਾ ਨਾ ਆਪਾਂ ਪੜਿਆ ਸੀ ਉਹਦੇ ਬਾਰੇ ਕਿ ਉਹਨੇ 712 ਈਸਵੀ ਵਿੱਚ ਜਿਹੜਾ ਸੀ ਭਾਰਤ ਦੇ ਸਿੰਧ ਪ੍ਰਾਂਤ ਤੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀਗਾ ਠੀਕ ਹੈ ਉਹ ਇੱਕ ਅਰਬ ਹਮਲਾਵਰ ਸੀਗਾ ਤੇ ਇਹ ਤੋਂ ਨੈਕਸਟ ਜਿਹੜਾ ਸੀਗਾ ਹੁਣ ਆਪਾਂ ਮਹਿਮੂਦ ਗਾਜ਼ਨਵੀ ਬਾਰੇ ਪੜਨਾ ਵਾ ਜਿਹੜਾ ਇੱਕ ਤੁਰਕ ਹਮਲਾਵਰ ਸੀਗਾ ਠੀਕ ਹੈ ਉਹਦੇ ਬਾਰੇ ਪੜਨ ਤੋਂ ਪਹਿਲਾਂ ਆਪਾਂ ਥੋੜਾ ਬਹੁਤਾ ਉਹਦੇ ਪੂਰਵਜਾਂ ਬਾਰੇ ਜਾਣਦੇ ਆ ਪਹਿਲਾਂ ਹੈ ਕਿ ਅਲਪਤਗੀਨ ਅਲਪਤਗੀਨ ਕੌਣ ਸੀ ਤੁਰਕ ਦਾਸ ਬੁਖਾਰਾ ਦੇ ਸਮਾਨੀ ਵੰਛ ਦੇ ਸ਼ਾਸਕ ਅਬਦੁਲ ਮਲਿਕ ਦਾ ਜਿਹੜਾ ਸੀਗਾ ਉਹ ਦਾਸ ਸੀਗਾ ਕਦੋਂ 954 ਤੋਂ ਲੈ ਕੇ 961 ਇਸਵੀ ਦੇ ਵਿੱਚ ਵਿੱਚ ਜਿਹੜਾ ਅਲਪਤਗਿਨ ਸੀਗਾ ਤੁਰਕ ਦਾਸ ਬੁਖਾਰਾ ਦੇ ਸਮਾਨੀ ਵੰਚ ਦੇ ਸ਼ਾਸਕ ਅਬਦੁਲ ਮਲਿਕ ਦਾ ਦਾਸ ਸੀਗਾ ਉਹ ਨੌਕਰ ਸੀ ਇੱਕ ਤਰ੍ਹਾਂ ਨਾਲ ਅੱਗੇ ਹੈ ਖੁਰਾਸਾਨ ਦਾ ਰਾਜਪਾਲ ਨਿਯੁਕਤ ਕੀਤਾ ਫਿਰ ਉਹਨੂੰ ਅੱਗੇ ਖੁਰਾਸਾਨ ਦਾ ਰਾਜਪਾਲ ਨਿਯੁਕਤ ਕਰ ਦਿੱਤਾ ਗਿਆ ਕਦੋਂ 956 ਈਸਵੀ ਵਿੱਚ ਅੱਗੇ ਹੈ ਕਿ ਗਜਨਵੀ ਦੀ ਸਥਾਪਨਾ ਅਲਪਤਗਿਨ ਜਿਹੜਾ ਸੀਗਾ ਆਪਣੇ 800 ਵਫਾਦਾਰ ਸੈਨਿਕਾਂ ਨਾਲ ਅਫਗਾਨ ਪ੍ਰਦੇਸ਼ ਦੇ ਗਜਨੀ ਨਗਰ ਵਿੱਚ ਵਸ ਗਿਆ ਤੇ ਗਜਨ ਗਜਨਵੀ ਜਿਹੜਾ ਵੰਚ ਸੀ ਉਹਦੀ ਸਥਾਪਨਾ ਕੀਤੀ ਇਹਦੇ ਪਿੱਛੇ ਵੀ ਇੱਕ ਸਟੋਰੀ ਹੈ ਪਤਾ ਕੀ ਹੋਇਆ ਸੀ ਕਿ 961 ਇਸਵੀ ਵਿੱਚ ਜਿਹੜਾ ਅਬਦੁਲ ਮਾਲਿਕ ਜਿਹੜਾ ਸੀਗਾ ਉਹਦਾ ਦਿਹਾਂਤ ਹੋ ਗਿਆ ਸੀ ਉਹ ਤੋਂ ਬਾਅਦ ਜਿਹੜਾ ਉੱਤਰਾਧਿਕਾਰ ਦੇ ਲਈ ਉਹਦੇ ਭਰਾ ਵਿੱਚ ਤੇ ਉਹਦੇ ਚਾਚੇ ਦੇ ਵਿੱਚ ਜਿਹੜਾ ਸੀਗਾ ਇੱਕ ਸੰਘਰਸ਼ ਹੋਣ ਲੱਗ ਗਿਆ ਸੀਗਾ ਅਲਪਤਗੀਨ ਜਿਹੜਾ ਸੀ ਉਹਦੇ ਚਾਚੇ ਦਾ ਸਾਥ ਦੇ ਰਿਹਾ ਸੀਗਾ ਬਟ ਕੀ ਹੋਇਆ ਕਿ ਉਹਦਾ ਜਿਹੜਾ ਭਰਾ ਸੀਗਾ ਉਹੋ ਸਿੰਘਾਸਨ ਤੇ ਬੈਠ ਗਿਆ ਸੀ ਉਹਦਾ ਨਾਂ ਸੀਗਾ ਮਨਸੂਰ ਠੀਕ ਆ ਉਹ ਸਿੰਘਾਸਨ ਤੇ ਬੈਠਣ ਵਿੱਚ ਸਫਲ ਹੋ ਗਿਆ ਸੀ ਤੇ ਇਹਨਾਂ ਪਰਸਤਿਤੀਆਂ ਤੇ ਜਿਹੜਾ ਅਲਪਤਗੀਨ ਸੀਗਾ ਉਹ ਜਿਹੜਾ ਸੀਗਾ ਸਾਰਾ ਕੁਝ ਛੱਡ ਕੇ ਇਹਨਾਂ ਪਰਸਤਿਤੀਆਂ ਨੂੰ ਦੇਖ ਕੇ ਉਹ ਕਿੱਥੇ ਆ ਗਿਆ ਸੀ ਗਜਨੀ ਆ ਗਿਆ ਸੀ ਤੇ ਉੱਥੇ ਉਹਨੇ ਕਿਹਦੀ ਸਥਾਪਨਾ ਕੀਤੀ ਸੀ ਗਜਨਵੀ ਵੰਸ਼ ਦੀ ਸਥਾਪਨਾ ਇਹ ਇੰਪੋਰਟੈਂਟ ਫੈਕਟ ਆ ਤੁਸੀਂ ਯਾਦ ਰੱਖਣਾ ਕਿ ਗਜਨਵੀ ਵੰਸ਼ ਦੀ ਸਥਾਪਨਾ ਕਿਹਨੇ ਕੀਤੀ ਤਾਂ ਕੀਤੀ ਅਲਪਤਗੀਨ ਨੇ ਹੁਣ ਅੱਗੇ ਕੰਟੀਨਿਊ ਕਰਦੇ ਆਂ ਸੁਬਕਤਗੀਨ ਜਿਹੜਾ ਸੁਬਕਤ ਗੀਨ ਸੀਗਾ ਉਹ ਅੱਗੇ ਅਲਪਤ ਗੀਨ ਦਾ ਗੁਲਾਮ ਸੀਗਾ ਠੀਕ ਆ ਬਾਅਦ ਵਿੱਚ ਜਿਹੜਾ ਅਲਪਤ ਗੀਨ ਸੀਗਾ ਉਹਨੇ ਉਹਨੂੰ ਆਪਣਾ ਦਮਾਦ ਬਣਾ ਲਿਆ ਸੀਗਾ ਦਮਾਦ ਬਣਾਉਣ ਤੋਂ ਬਾਅਦ ਜਿਹੜਾ ਅਲਪਤ ਗੀਨ ਸੀਗਾ ਉਹਨੇ ਸੁਬਕਤ ਗੀਨ ਨੂੰ ਜਿਹੜਾ ਸੀ ਅਮੀਰ ਉਲ ਉਮਰਾ ਦੀ ਉਪਾਧੀ ਦਿੱਤੀ ਸੀ ਕਿਹੜੀ ਪਦ ਦਿੱਤੀ ਸੀ ਅਮੀਰ ਉਲ ਉਮਰਾ ਦੀ ਉਪਾਧੀ ਕਿਹਨੂੰ ਸੁਬਕਤ ਗੀਨ ਨੂੰ ਕਿਹਨੇ ਦਿੱਤੀ ਸੀ ਅਲਪਤ ਗੀਨ ਨੇ ਹਿੰਦੂ ਸਾਹੀ ਸ਼ਾਸਕ ਜਯਪਾਲ ਨੂੰ ਜਿੱਤਣ ਵਾਲਾ ਪਹਿਲਾ ਤੌਰਕ ਸ਼ਾਸਕ ਸੀਗਾ ਕੌਣ ਸੁਬਕਤ ਗੀਨ ਭਾਰਤ ਤੇ ਹਮਲਾ ਕਰਨ ਵਾਲਾ ਪਹਿਲਾ ਤੁਰਕ ਮੁਸਲਮਾਨ ਸ਼ਾਸਕ ਵੀ ਕੌਣ ਸੀਗਾ ਉਹ ਵੀ ਸੁਬਕਤ ਗੀਨ ਸੀਗਾ ਅੱਗੇ ਹੈ ਮਹਿਮੂਦ ਗਜਨਵੀ ਹੁਣ ਆਪਾਂ ਇਹਦੇ ਬਾਰੇ ਪੜ੍ਹਨਾ ਮਹਿਮੂਦ ਗਜਨਵੀ ਦਾ ਜਿਹੜਾ ਜਨਮ ਆ ਉਹ ਕਦੋਂ ਹੋਇਆ 917 ਈਸਵੀ ਵਿੱਚ ਗਜਨੀ ਦੇ ਵਿੱਚ ਹੋਇਆ ਬਾ ਤੇ ਉਸਦੇ ਪਿਤਾ ਦਾ ਨਾਂ ਸੀਗਾ ਸੁਬਕਤ ਗੀਨ ਠੀਕ ਹੈ ਸੁਬਕਤ ਗੀਨ ਦਾ ਉੱਤਰਾਧਿਕਾਰੀ ਬਣਿਆ ਸੀ ਕੌਣ ਮਹਿਮੂਦ ਗਜਨਵੀ ਮਹਿਮੂਦ ਗਜਨਵੀ ਦਾ ਅਸਲ ਨਾਂ ਇਹ ਇੰਪੋਰਟੈਂਟ ਆ ਕਈ ਵਾਰ ਪੇਪਰ ਵਿੱਚ ਕਿਸੇ ਨਾ ਕਿਸੇ ਦਾ ਜਿਹੜਾ ਸ਼ਾਸਕ ਹੁੰਦਾ ਉਹਦਾ ਅਸਲੀ ਨਾਮ ਪੁੱਛ ਲਿਆ ਜਾਂਦਾ ਵਾ ਮਹਿਮੂਦ ਗਰਨਵੀ ਦਾ ਅਸਲੀ ਨਾਮ ਸੀਗਾ ਅਬੂਲ ਕਾਸਿਮ ਮੁਹੰਮਦ ਠੀਕ ਹੈ ਇਹ ਯਾਦ ਰੱਖਣਾ ਅਬੂਲ ਕਾਸਿਮ ਮੁਹੰਮਦ ਮਹਿਮੂਦ ਗਰਨਵੀ ਦਾ ਅਸਲ ਨਾਮ ਸੀਗਾ 998 ਈਸਵੀ ਵਿੱਚ ਉਹ ਗਜਰੀ ਦਾ ਸ਼ਾਸਕ ਬਣਿਆ ਸੀਗਾ ਬਗਦਾਦ ਦੇ ਖਲੀਫਾ ਅਲ ਆਦਰ ਬਿੱਲਾ ਤੋਂ ਅਹੁਦੇ ਦੀ ਮਾਨਤਾ ਲਈ ਅਤੇ ਜਾਗੀਨ ਉਲ ਮਿਲਾ ਦੀ ਜਿਹੜੀ ਸੀ ਉਪਾਧੀ ਧਾਰਨ ਕੀਤੀ ਹਾਂਜੀ ਉਹਨੇ ਆਪਣੇ ਆਉਂਦੇ ਦੀ ਜਿਹੜੀ ਮਾਨਤਾ ਲਈ ਸੀ ਕਿਤੋਂ ਲਈ ਸੀ ਅਲ ਆਦੀਰ ਬਿੱਲਾ ਜਿਹੜਾ ਕੀ ਸੀਗਾ ਖਲੀਫਾ ਸੀਗਾ ਬਗਦਾਦ ਦਾ ਠੀਕ ਹੈ ਤੇ ਅੱਗੇ ਉਹਨੇ ਉਪਾਧੀ ਕਿਹੜੀ ਲਈ ਜਾਗੀਨ ਉਲ ਮਿਲਾ ਦੀ ਉਪਾਧੀ ਧਾਰਨ ਕੀਤੀ ਸੀਗੀ ਮਹਿਮੂਦ ਗਾਜ਼ਨਵੀ ਨੇ ਮਹਿਮੂਦ ਗਾਜ਼ਨਵੀ ਨੇ ਭਾਰਤ ਤੇ ਜਿਹੜਾ ਸੀ 17 ਵਾਰ ਹਮਲੇ ਕੀਤੇ ਇਹ ਇੰਪੋਰਟੈਂਟ ਆ ਇਹ ਪੁੱਛ ਲੈਣਾ ਤਾਂ ਕਿ ਕਿੰਨੀ ਵਾਰ ਹਮਲੇ ਕੀਤੇ 17 ਵਾਰ ਕਦੋਂ ਕੀਤੇ 1000 ਈਸਵੀ ਤੋਂ ਲੈ ਕੇ 1027 ਈਸਵੀ ਤੱਕ ਦੇਖੋ 27 ਸਾਲਾਂ ਦੇ ਵਿਚ ਵਿੱਚ ਉਹਨੇ 17 ਵਾਰ ਜਿਹੜਾ ਸੀਗਾ ਹਮਲੇ ਕੀਤੇ ਸੀਗੇ ਭਾਰਤ ਤੇ ਉਸ ਦੇ ਹਮਲਿਆਂ ਦਾ ਮਕਸਦ ਕੀ ਸੀਗਾ ਕਿ ਭਾਰਤ ਦੀ ਸੰਪਤੀ ਨੂੰ ਲੁੱਟਣਾ ਇਹੀ ਸੀਗਾ ਉਹਦੇ ਹਮਲਿਆਂ ਦਾ ਮਕਸਦ ਮਹਿਮੂਦ ਗਜਨਵੀ ਆ ਜਿਹੜਾ ਉਹਦੀ ਮੌਤ ਕਦੋਂ ਹੋਈ 1030 ਈਸਵੀ ਦੇ ਵਿੱਚ ਦੇਖੋ 27 ਤੱਕ ਉਹਨੇ ਹਮਲੇ ਕੀਤੇ ਹੋ ਤਾਂ 10 ਸਾਲ ਬਾਅਦ ਜਿਹੜੀ ਸੀ ਉਹਦੀ ਮੌਤ ਹੋ ਗਈ ਮਹਿਮੂਦ ਗਜਨਵੀ ਦੇ ਹਮਲੇ ਸਭ ਤੋਂ ਪਹਿਲਾਂ ਹੈਗਾ ਹਿੰਦੂਸਾਹਿ ਸ਼ਾਸਕ ਜੈਪਾਲ ਨੂੰ ਹਰਾਉਣਾ ਮਹਿਮੂਦ ਗਜਨਵੀ ਨੇ 1021 ਈਸਵੀ ਵਿੱਚ ਜਿਹੜਾ ਹਿੰਦੂਸਾਹਿ ਸ਼ਾਸਕ ਸੀਗਾ ਜੈਪਾਲ ਉਹਨੂੰ ਪੇਸ਼ਾਵਰ ਦੇ ਨੇੜੇ ਹਰਾਇਆ ਸੀਗਾ ਮਹਿਮੂਦ ਨੇ ਧਨ ਦੌਲਤ ਲੈ ਕੇ ਜੈਪਾਲ ਨੂੰ ਛੱਡ ਦਿੱਤਾ ਸੀ ਪਰ ਜੈਪਾਲ ਜਿਹੜਾ ਸੀ ਇਹ ਸਪਮਾਨ ਨੂੰ ਸਹਿਣ ਨਾ ਕਰ ਸਕਿਆ ਤੇ ਉਸ ਨੇ ਆਪਣਾ ਰਾਜ ਆਪਣੇ ਪੁੱਤਰ ਆਨੰਦਪਾਲ ਨੂੰ ਸੌਂਪ ਕੇ ਆਪ ਆਤਮ ਹੱਤਿਆ ਕਰ ਲਈ ਅੱਗੇ ਹੈ ਕਿ ਮਲਤਾਨ ਉੱਪਰ ਜਿੱਤ ਮਹਿਮੂਦ ਗਜਨਵੀ ਨੂੰ 1006 ਈਸਵੀ ਵਿੱਚ ਜਿਹੜਾ ਸੀਗਾ ਮਲਤਾਨ ਉੱਪਰ ਜੱਤ ਪ੍ਰਾਪਤ ਹੋਈ ਸੀਗੀ ਇਸ ਤੋਂ ਇਲਾਵਾ ਉਸਨੇ ਰਾਸਤੇ ਵਿੱਚ ਜਿਹੜਾ ਸੀ ਜੈਪਾਲ ਦੇ ਪੁੱਤਰ ਆਨੰਦਪਾਲ ਨੂੰ ਵੀ ਹਰਾਇਆ ਸੀ। ਮਲਤਾਨ ਉੱਪਰ ਹਮਲਾ 1008 ਈਸਵੀ ਵਿੱਚ ਮਹਿਮੂਦ ਗਜ਼ਨਵੀ ਨੇ ਮਲਤਾਨ ਤੇ ਹਮਲਾ ਕਰਕੇ ਉਸ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਦੁਬਾਰਾ ਤੋਂ ਹਮਲਾ ਕੀਤਾ ਸੀ ਉਹਨੇ ਮਲਤਾਨ ਉੱਪਰ 1008 ਵਿੱਚ ਤੇ ਉਹਨੂੰ ਆਪਣੇ ਰਾਜ ਵਿੱਚ ਹਮੇਸ਼ਾ ਲਈ ਮਿਲਾ ਲਿਆ ਸੀ। ਅੱਗੇ ਹੈਗਾ ਬੇਹੰਦ ਦੇ ਨੇੜੇ ਜਦ ਇਹ 1009 ਈਸਵੀ ਵਿੱਚ ਹੋਇਆ ਤੇ ਇਸ ਵਿੱਚ ਮਹਿਮੂਦ ਗਜ਼ਨਵੀ ਨੇ ਆਨੰਦਪਾਲ ਨੂੰ ਹਰਾਇਆ ਸੀ। ਅਗੇ ਹੈ ਥਾਣੇ ਸਰ ਉਤੇ ਹਮਲਾ 1014 ਇਸਵੀ ਵਿੱਚ ਹਮਲਾ ਕੀਤਾ ਸੀਗਾ ਮਹਿਮੂਦ ਗਾਜ਼ਨਵੀ ਨੇ ਦਿੱਲੀ ਦੇ ਰਾਜੇ ਨੇ ਗਵੰਡੀ ਰਾਜਾ ਨਾਲ ਮਿਲ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਕੀ ਸੀਗਾ ਕਿ ਅਸਫਲ ਰਹੇ ਸੀ ਕਨੌਜ ਉੱਪਰ ਹਮਲਾ 1018 ਇਸਵੀ ਵਿੱਚ ਜਿਹੜਾ ਸੀ ਹਮਲਾ ਕੀਤਾ ਸੀ ਕਨੌਜ ਉੱਪਰ ਮਹਿਮੂਦ ਗਾਜ਼ਨਵੀ ਨੇ ਉਸ ਸਮੇਂ ਗੁਰਜਰ ਪ੍ਰਤੀਹਾਰ ਸ਼ਾਸਕ ਦੇ ਪ੍ਰਤੀਨਿਧੀ ਰਾਜਪਾਲ ਦਾ ਸ਼ਾਸਨ ਸੀ ਤੇ ਰਾਸਤੇ ਵਿੱਚ ਜਿਹੜਾ ਸੀਗਾ ਬੁਲੰਦ ਸ਼ਹਿਰ ਦਾ ਰਾਜਾ ਜਿਹੜਾ ਸੀਗਾ ਹਰਦਤ ਸੀਗਾ ਉਹਨੇ ਵੀ ਆਤਮ ਸਮਰਪਣ ਕਰਤਾ ਸੀ ਮਹਿਮੂਦ ਗਜ਼ਨਵੀ ਦੇ ਅੱਗੇ ਇਹ ਤੋਂ ਬਿਨਾ ਜਿਹੜਾ ਮਥੁਰਾ ਦਾ ਸ਼ਾਸਕ ਸੀਗਾ ਕੁਲਚੰਦ ਉਹ ਵੀ ਜੰਦ ਭੂਮੀ ਵਿੱਚ ਜਿਹੜਾ ਸੀ ਮਾਰਿਆ ਗਿਆ ਸੀ ਇੱਥੇ ਮਿਸਪ੍ਰਿੰਟ ਹੋਇਆ ਹੋਇਆ ਅੱਗੇ ਹੈ ਮਹਿਮੂਦ ਗਜ਼ਨਵੀ ਨੇ ਮਥੁਰਾ ਤੇ ਆਸ-ਪਾਸ ਦੇ ਸਾਨਾ ਦੇ 1000 ਮੰਦਰਾਂ ਨੂੰ ਲੁੱਟਿਆ ਤੇ ਨਸ਼ਟ ਕਰ ਦਿੱਤਾ Hindu sai ਸ਼ਾਸਕ ਤ੍ਰਿਲੋਕ ਚਪਾਲ ਨੂੰ 1019 ਵਿੱਚ ਹਰਾਇਆ ਮਹਿਮੂਦ ਗਜ਼ਰਵੀ ਨੇ ਠੀਕ ਹੈ 1019 ਵਿੱਚ ਕਿਨੂੰ ਹਰਾਇਆ Hindu Sai Shashak ਜਿਹੜਾ ਸੀਗਾ ਤ੍ਰਿਲੋਕ ਚ ਪਾਲ ਅੱਗੇ ਹੈ ਵਿਦਿਆਦਨ ਨੂੰ ਹਰਾਇਆ ਉਹਨੇ 1020 ਤੋਂ 21ਵੀਂ ਦੇ ਵਿੱਚ ਵਿੱਚ ਬੰਦੇਲਖੰਡ ਦੀ ਸੀਮਾ ਤੱਕ ਤੇ ਜਿਹੜਾ ਸੀਗਾ ਇਹਨਾਂ ਵਿੱਚ ਜੁੱਧ ਹੋਇਆ ਸੀ 1021 ਤੋਂ 22ਵੀਂ ਵਿੱਚ ਗਵਾਲੀਅਰ ਦੇ ਰਾਜਾ ਕੀਰਤੀ ਰਾਜ ਨਾਲ ਸੰਧੀ ਕੀਤੀ ਮਹਿਮੂਦ ਗਜ਼ਰਵੀ ਨੇ ਮਹਿਮੂਦ ਗਾਜ਼ਨਵੀ ਦਾ ਜਿਹੜਾ ਸਭ ਤੋਂ ਮਹੱਤਵਪੂਰਨ ਹਮਲਾ ਵਾ ਜਿਹੜਾ ਮੇਨ ਯਾਦਗਾਰਨ ਵਾਲਾ ਫੈਕਟੋ ਹੈਗਾ ਗੁਜਰਾਤ ਦੇ ਸੋਮਨਾਥ ਮੰਦਿਰ ਤੇ ਹਮਲਾ ਜਿਹੜਾ ਉਹਨੇ ਕੀਤਾ ਸੀਗਾ ਇਹ ਹੀ ਇੰਪੋਰਟੈਂਟ ਫੈਕਟ ਆ ਇਹਦਾ ਵਿੱਚੋਂ ਸੋਮਨਾਥ ਮੰਦਿਰ ਆ ਜਿਹੜਾ ਕਾਠਿਆਵਾਲ रियासत ਗੁਜਰਾਤ ਦੇ ਵਿੱਚ ਆ ਉਹਦੇ ਤੇ ਮਹਿਮੂਦ ਗਾਜ਼ਨਵੀ ਨੇ 1025 ਤੋਂ 26 ਈਸਵੀ ਵਿੱਚ ਹਮਲਾ ਕੀਤਾ ਸੀ ਉੱਥੇ ਜਿਹੜਾ ਸੀ ਮੰਦਿਰਾਂ ਨੂੰ ਨਸ਼ਟ ਕਰਤਾ ਸੀ ਤੇ ਬਹੁਤ ਧਨ ਦੌਲਤ ਹਲੁੱਟਿਆ ਸੀ ਮਹਿਮੂਦ ਗਜਨਵੀ ਦਾ 17ਵਾਂ ਤੇ ਆਖਰੀ ਜਿਹੜਾ ਸੀਗਾ ਭਾਰਤ ਤੇ ਹਮਲਾ ਸੀ ਉਹ 1027 ਈਸਵੀ ਵਿੱਚ ਸੀ ਜਿਹੜਾ ਉਹਨੇ ਸਿੰਧ ਦੇ ਜਿਹੜਾ ਸੀ ਜੱਟਾਂ ਦੇ ਆਪਾਂ ਕਹਦੇ ਆ ਜਾਂ ਜਾਟਾਂ ਦੇ ਵਿਰੁੱਧ ਕੀਤਾ ਸੀ ਉਹ ਕਿਉਂ ਕੀਤਾ ਸੀ ਕਿਉਂਕਿ ਜਦੋਂ ਸੋਮਨਾਥ ਦੇ ਮੰਦਿਰ ਨੂੰ ਲੁੱਟ ਕੇ ਲਿਜਾ ਰਿਆ ਸੀ ਤਾਂ ਰਸਤੇ ਵਿੱਚ ਜਾਟਾਂ ਨੇ ਉਹਦੇ ਉੱਪਰ ਹਮਲਾ ਕਰਤਾ ਸੀਗਾ ਤੇ ਉਹ ਤੋਂ ਅੱਧਾ ਧਨ ਦੌਲਤ ਜਿਹੜਾ ਖੋਹ ਲਿਆ ਸੀਗਾ ਠੀਕ ਹੈ ਅੱਗੇ ਹੈ ਹੋਰ ਮਹੱਤਵਪੂਰਨ ਜਾਣਕਾਰੀ ਆ ਜਿਹੜੀ ਇਹਦੇ ਬਾਰੇ ਆਪਾਂ ਉਹ ਦੇਖਦੇ ਅੱਗੇ ਮਹਿਮੂਦ ਗਜਨਵੀ ਨੂੰ ਬੁੱਤਸਿਕਨ ਜਾਂ ਮੂਰਤੀ ਪੰਜਕ ਕਿਹਾ ਜਾਂਦਾ ਹੈ ਹਾਂਜੀ ਇਹਨੂੰ ਦੋ ਮਤਲਬ ਇਹਨੇ ਨਾਮਾ ਨਾਲ ਜਾਣਿਆ ਜਾਂਦਾ ਕੀ ਕਿਹਾ ਜਾਂਦਾ ਬਾ ਬੁੱਤ ਸਿਕਨ ਤੇ ਮੂਰਤੀ ਪੰਜਕ ਦੇ ਨਾਮ ਨਾਲ ਕਿਉਂ ਕਿਉਂਕਿ ਇਹਨੇ ਬਹੁਤ ਜ਼ਿਆਦਾ ਮੂਰਤੀਆਂ ਜਿਹੜੀਆਂ ਸੀ ਨਸ਼ਟ ਕਰਵਾਈਆਂ ਸੀ Hindu ਮੂਰਤੀਆਂ ਜ਼ਿਆਦਾਤਰ ਅੱਗੇ ਹੈ महमूद गजनवी ਦਾ ਦਰਬਾਰੀ ਕਵੀ ਤੇ ਦਾਰਸ਼ਨਿਕ ਤੇ ਇਤਿਹਾਸਕਾਰ ਜਿਹੜਾ ਸੀ ਉਹ ਕੌਣ ਸੀਗਾ ਉਹ ਸੀਗਾ ਅਲਬਰੋਨੀ ਇਹ ਯਾਦ ਰੱਖਣਾ ਕੀ ਦਾ महमूद गजनवी ਦਾ ਠੀਕ ਹੈ ਜੋ ਇਸ ਦੇ ਹਮਲਿਆਂ ਦੇ ਦੌਰਾਨ ਭਾਰਤ ਆਇਆ ਸੀ ਗਲਬਰੂਨੀ ਜਿਹੜਾ ਸੀਗਾ ਅੱਗੇ ਹੈ ਉਤਵੀ ਫਿਰਦौसी ਅਤੇ ਅਲਬਰੂਨੀ ਤੇ ਇਹ ਤੋਂ ਬਿਨਾ ਜਿਹੜਾ ਫਾਰੂਕੀ ਸੀ ਠੀਕ ਹੈ ਇਹ ਚਾਰੇ ਤੇ ਇਹ ਤੋਂ ਬਿਨਾ ਤਰੀਕੇ ਸੁਬਕਤ ਗੀਨ ਦਾ ਲੇਖਕ ਬੈਸਾਖੀ ਜਿਸ ਨੂੰ ਇਤਿਹਾਸਕਾਰ ਲੇਨਪੋਲ ਨੇ ਪੂਰਬੀ ਪੈਪਸ ਦੀ ਉਪਾਧੀ ਦਿੱਤੀ ਸੀ ਮਹਿਮੂਦ ਗਾਜ਼ਨਵੀ ਦੇ ਦਰਬਾਰੀ ਵਿਦਵਾਨ ਸੀਗੇ ਇਹ ਪੰਜੇ ਕਿਹੜੇ-ਕਿਹੜੇ ਇੱਕ ਵਾਰ ਫੇਰ ਦੇਖ ਲੈਣੇ ਇਹਨਾਂ ਨੂੰ ਉਤਵੀ ਫਿਰਦौसी ਅਲਬਰੂਨੀ ਫਾਰੂਕੀ ਤੇ ਬੈਸਾਖੀ ਠੀਕ ਹੈ ਪੰਜ ਜਿਹੜੇ ਸੀ ਉਹਦੇ ਵਿਦਵਾਨ ਸੀਗੇ ਮਹਿਮੂਦ ਗਜਨਵੀ ਦੇ ਅੱਗੇ ਹੈ ਮਹਿਮੂਦ ਗਜਨਵੀ ਦਾ ਦਰਬਾਰੀ ਇਤਿਹਾਸਕਾਰ ਜਿਹੜਾ ਸੀਗਾ ਉਹ ਕੌਣ ਸੀਗਾ ਉਹ ਸੀਗਾ ਉਤਵੀ ਉਤਵੀ ਨੇ ਕਿਤਾਬ ਉਲਯਾਮਨੀ ਅਤੇ ਤਾਰੀਖ-ਏ-ਜਾਮਨੀ ਨਾਮਕ ਗ੍ਰੰਥਾ ਦੀ ਰਚਨਾ ਕੀਤੀ ਦੇਖੋ ਉਤਵੀ ਜਿਹੜਾ ਸੀ ਉਹ ਦਾ ਦਰਬਾਰੀ ਵਿਦਵਾਨ ਸੀਗਾ ਉਹਨੇ ਦੋ ਜਿਹੜੇ ਸੀ ਗ੍ਰੰਥਾਂ ਦੀ ਰਚਨਾ ਕੀਤੀ ਸੀ ਕਿਹੜੇ-ਕਿਹੜੇ ਕਿਤਾਬੁਲ ਜਾਮਨੀ ਐਂਡ ਤਾਰੀਖ-ਏ-ਜਾਮਨੀ ਅਲਬਰੂਨੀ ਦਰਸ਼ਨ ਸ਼ਾਸਤਰ ਜੋਤਿਸ਼ ਅਤੇ ਸੰਸਕ੍ਰਿਤ ਦਾ ਵੀ ਉੱਚ ਕੋਟੀ ਦਾ ਵਿਦਵਾਨ ਸੀਗਾ ਪੁਰਾਣਾ ਦਾ ਅਧਿਐਨ ਕਰਨ ਵਾਲਾ ਪਹਿਲਾ ਮੁਸਲਮਾਨ ਜਿਹੜਾ ਸੀਗਾ ਕੌਣ ਸੀ ਅਲਬਰੂਨੀ ਸੀ ਇਹ ਇੰਪੋਰਟੈਂਟ ਫੈਕਟ ਆ ਯਾਦ ਰੱਖਣਾ ਕਿ ਪੁਰਾਣਾ ਦਾ ਸਭ ਤੋਂ ਪਹਿਲਾਂ ਅਧਿਐਨ ਕਰਨ ਵਾਲਾ ਜਿਹੜਾ ਆਪਾਂ ਕਹਿ ਦਈਏ ਕਿ ਮੁਸਲਮਾਨ ਸ਼ਾਸਕ ਕਿਹੜਾ ਸੀਗਾ ਵਿਦਵਾਨ ਉਹ ਸੀਗਾ ਅਲਬਰੂਨੀ ਫਿਰਦौसी महमूद ਗਾਜ਼ਨਵੀ ਦਾ ਸਭ ਤੋਂ ਮਹਾਨ ਕਵੀ ਸੀ ਜਿਸ ਦੀ ਰਚਨਾ ਜਿਹੜੀ ਜਿਹੜੀ ਆ ਸ਼ਾ ਨਾਮਾ ਇੰਪੋਰਟੈਂਟ ਆ ਫਿਰਦौसी ਦੀ ਰਚਨਾ ਦਾ ਨਾਮ ਕੀ ਹੈ ਕਈ ਵਾਰ ਪੁੱਛਿਆ ਜਾਂਦਾ ਵਾ ਸ਼ਾ ਨਾਮਾ ਕਈ ਵਾਰ ਇਹ ਪੁੱਛਿਆ ਜਾਂਦਾ ਕਿ ਜਿਹੜਾ ਫਿਰਦौसी ਸੀ ਉਹ ਕਿਹਦਾ ਦਰਬਾਰੀ ਕਵੀ ਸੀ ਮਹਿਮੂਦ ਗਜਨਵੀ ਦਾ ਜਾਂ ਕਈ ਵਾਰ ਕੁਐਸਚਨ ਇਹ ਆ ਜਾਂਦਾ ਕਿ ਮਹਿਮੂਦ ਗਜਨਵੀ ਜਿਹੜਾ ਉਹਦਾ ਦਰਬਾਰੀ ਕਵੀ ਕੌਣ ਸੀ ਉਹ ਸੀਗਾ ਫਿਰਦौसी ਗਦਨੀ ਵਿੱਚ ਸਥਿਤ ਜਾਮਾ ਮਸਜਿਦ ਦਾ ਨਿਰਮਾਣ ਮਹਿਮੂਦ ਗਜਨਵੀ ਨੇ ਕਰਵਾਇਆ ਹਾਂਜੀ ਹੁਣ ਭਵਨ ਨਿਰਮਾਣ ਕਲਾ ਦੇਖੀਏ ਤਾਂ ਜਿਹੜੀ ਜਾਮਾ ਮਸਜਿਦ ਦਾ ਗਜਨੀ ਵਿੱਚ ਸਤਤਤਾ ਜਿਹੜੀ ਉਹਦਾ ਨਿਰਮਾਣ ਕਿਹਨੇ ਕਰਵਾਇਆ ਸੀ? ਮਹਿਮੂਦ ਗਜਨਵੀ ਨੇ ਕਰਵਾਇਆ ਸੀ। ਇਸ ਨੂੰ ਸਵਰਗੀ ਦੁਲਹਨ ਅਤੇ ਪੂਰਬ ਦਾ ਅश्चਰਜ ਕਿਹਾ ਜਾਂਦਾ ਸੀ। ਦੇਖੋ ਦੋ ਨਾਮ ਦਿੱਤੇ ਗਏ ਹਨ ਉਹ ਕਿਹੜੇ-ਕਿਹੜੇ? ਸਵਰਗੀ ਦੁਲਹਨ ਜਾਂ ਪੂਰਬ ਦਾ ਅश्चਰਜ ਦਾ ਨਾਮ ਦਿੱਤਾ ਗਿਆ ਬਾਹ ਨੂੰ। ਜਮਾ ਮਸਜਿਦ ਨੂੰ ਅੱਗੇ ਹੈ। ਅਲਬਰੂਨੀ ਦੀ ਅਰਬੀ ਭਾਸ਼ਾ ਵਿੱਚ ਰਚਨਾ ਤਰਕੀਕ-ਏ-ਹਿੰਦ 11ਵੀਂ ਸਦੀ ਦੇ ਭਾਰਤ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਤੇ ਧਾਰਮਿਕ ਹਾਲਾਤਾਂ ਨੂੰ ਪੇਸ਼ ਕਰਦੀ ਹੈ ਦੇਖੋ ਕਿਹੜੀ ਰਚਨਾ ਵਾ ਜਿਹੜੀ 11ਵੀਂ ਸਦੀ ਦੀ ਸਾਰੀ ਕੰਡੀਸ਼ਨ ਨੂੰ ਬਿਆਨ ਕਰਦੀ ਆ ਉਹ ਹੈਗੀ ਆ ਤਰਕੀਕ-ਏ-ਹਿੰਦ ਠੀਕ ਆ 11ਵੀਂ ਸਦੀ ਬਾਰੇ ਇਨਫੋਰਮੇਸ਼ਨ ਦਿੰਦੀ ਆ ਕਿਦੀ ਆ ਅਲਬਰੂਨੀ ਦੀ ਰਚਨਾ ਅੱਗੇ ਹੈ ਖਲੀਫਾ ਦੀ ਆਰੰਭਿਕ ਰਾਜਧਾਨੀ ਜਿਹੜੀ ਸੀਗੀ ਉਹ ਕਿਹੜੀ ਸੀ ਮਦੀਨਾ ਸੀਗੀ ਬਾਅਦ ਵਿੱਚ ਦਮਿਸ਼ਕ ਨੂੰ ਅਤੇ ਫਿਰ ਬਗਦਾਦ ਨੂੰ ਜਿਹੜੀ ਸੀ ਰਾਜਧਾਨੀ ਬਣਾ ਲਿਆ ਗਿਆ ਠੀਕ ਹੈ ਖਲੀਫਾਂ ਬਾਰੇ ਇਹਦੇ ਵਿੱਚ ਥੋੜੀ ਬੋਤੀ ਬੇਸਿਕ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿਉਂਕਿ ਜਿਹੜੇ ਹੈਗੇ ਆ ਇਹ ਸਾਰੇ ਜਿਹੜੇ ਸੀਗੇ ਮੁਸਲਮਾਨ ਹਮਲਾ ਕਰਦੇ ਹਮਲਾ ਵਰਤੀਗੇ ਹੈ ਨਾ ਖਲੀਫਿਆਂ ਤੋਂ ਇਹ ਜਿਹੜੇ ਸੀਗੇ ਪ੍ਰਵਾਨਗੀ ਲੈਂਦੇ ਹੁੰਦੇ ਸੀਗੇ ਅੱਗੇ ਹੈ ਮਹਿਮੂਦ ਗਜਨਵੀ ਦੁਆਰਾ ਚਾਂਦੀ ਦੇ ਸਿੱਕੇ ਚਲਾਏ ਗਏ ਹਾਂਜੀ ਮਹਿਮੂਦ ਗਜਨਵੀ ਨੇ ਕਿਹੜੇ ਸਿੱਕੇ ਚਲਾਏ ਚਾਂਦੀ ਦੇ ਸਿੱਕੇ ਇਹਨਾਂ ਵਿੱਚ ਕੀ ਖਾਸੀਅਤ ਸੀ ਕਿ ਜਿਨ੍ਹਾਂ ਦੇ ਦੋਨੋਂ ਪਾਸੇ ਮੋਦਰਾ ਲੇਖ ਅੰਕਿਤ ਕੀਤੇ ਗਏ ਸੀਗੇ ਇਹ ਮੋਦਰਾ ਲੇਖ ਇੱਕ ਪਾਸੇ ਤਾਂ ਕਿਹੜੀ ਭਾਸ਼ਾ ਸੀ ਅਰਬੀ ਤੇ ਦੂਜੇ ਪਾਸੇ ਸੰਸਕ੍ਰਿਤ ਭਾਸ਼ਾ ਸੀਗੀ ਅੱਗੇ ਹੈ ਮਹਿਮੂਦ ਗਜਨਵੀ ਨੇ ਆਪਣੇ ਸਿੱਕਿਆਂ ਤੇ ਖੁਦ ਦਾ ਨਾਂ ਜਿਹੜਾ ਸੀਗਾ ਅਮੀਰ ਮਹਿਮੂਦ ਅੰਕਿਤ ਕੀਤਾ ਸੀਗਾ ਸਿੱਕਿਆਂ ਤੇ ਮਹਿਮੂਦ ਗਜਨਵੀ ਦੇ ਸਮੇਂ ਕਸ਼ਮੀਰ ਵਿੱਚ ਬ੍ਰਾਹਮਣਵਾਦ ਦਾ ਰਾਜ ਸੀ ਤੇ ਇੱਥੋਂ ਦੀ ਰਾਣੀ ਜਿਹੜੀ ਸੀ ਦਿੱਦਾ ਸੀ ਮਹਿਮੂਦ ਗਜਨਵੀ ਨੂੰ ਆਜ਼ਮ ਦੁਨੀਆ ਦਾ ਪਹਿਲਾ ਸੁਲਤਾਨ ਮੰਨਿਆ ਗਿਆ ਵਾ ਨਾਵਕ ਤੁਰਕਾਂ ਦੁਆਰਾ ਭਾਰਤ ਵਿੱਚ ਪ੍ਰਯੋਗ ਕੀਤੇ ਵਿਸ਼ੇਸ਼ ਤਨੁਸ਼ ਨੂੰ ਕਿਹਾ ਜਾਂਦਾ ਵਾ ਦੇਖੋ ਤੁਰਕਾਂ ਨੇ ਜਿਹੜੇ ਭਾਰਤ ਵਿੱਚ ਵਿਸ਼ੇਸ਼ ਤਰ੍ਹਾਂ ਦੇ ਤਨੁਸ਼ ਯੂਜ਼ ਕੀਤੇ ਉਹਨਾਂ ਨੂੰ ਕੀ ਕਿਹਾ ਜਾਂਦਾ ਵਾ ਨਾਵਕ ਕਿਹਾ ਜਾਂਦਾ ਵਾ ਸਭ ਤੋਂ ਪਹਿਲਾਂ ਭਾਰਤ ਵਿੱਚ ਕਾਗਜ਼ ਦਾ ਪ੍ਰਯੋਗ ਜਿਹੜਾ ਸੀ ਮੁਸਲਮਾਨਾਂ ਦੁਆਰਾ ਕੀਤਾ ਗਿਆ ਹੈ ਅਰਬਾਂ ਨੇ ਸਿੰਧ ਭਾਰਤ ਵਿੱਚ ਊਠ ਪਾਲਣ ਅਤੇ ਖਜੂਰ ਦੀ ਖੇਤੀ ਦੀ ਸ਼ੁਰੂਆਤ ਕੀਤੀ ਸੀਗੀ 7ਵੀਂ ਸਦੀ ਤੋਂ ਪਹਿਲਾਂ ਅਰਬਾਂ ਦਾ ਵਪਾਰ ਭਾਰਤ ਦੇ ਪੱਛਮੀ ਸਮੁੰਦਰੀ ਤੱਟਾਂ ਤੋਂ ਹੁੰਦਾ ਸੀ ਅਰਬਾਂ ਦੇ ਭਾਰਤੀ ਹਮਲਿਆਂ ਸੰਬੰਧੀ ਸਹੀ ਜਾਣਕਾਰੀ ਨਵੀਂ ਸਤਾਬਦੀ ਦੇ ਮਲਾਪ ਦੁਆਰਾ ਰਚਿਤ ਕਿਤਾਬ ਫਤੂਲ ਅਲ ਬਲਦਾਨ ਤੋਂ ਮਿਲਦੀ ਹੈ ਅਰਬਾਨੀ ਚਿਕਿਤਸਾ ਦਰਸ਼ਨ ਸ਼ਸਤਰ ਨਸ਼ਤਰ ਵਿਗਿਆਨ ਗਣਿਤ ਅਤੇ ਸ਼ਾਸਨ ਪ੍ਰਬੰਧ ਆਦਿ ਸਿੱਖਿਆ ਜਿਹੜੀ ਸੀਗੀ ਭਾਰਤੀਆਂ ਤੋਂ ਲਈ ਸੀ ਇਸ ਦੇ ਨਾਲ ਹੀ ਮੇਰਾ ਜਿਹੜਾ ਹੈਗਾ ਅੱਜ ਦਾ ਟੌਪਿਕ ਖਤਮ ਹੁੰਦਾ ਆਈ ਹੋਪ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਨੈਕਸਟ ਵੀਡੀਓ ਚ ਥੈਂਕ ਯੂ